ਵੀ ਇੱਕ ਮਹੀਨਾ ਹੋ ਗਿਆ ਫੋਨ ਡੈਡ ਪਿਆ, ਇਹਨਾਂ ਨੂੰ ਕੀਤਾ ਹੀ ਫੋਨ, ਇਹ ਕਹਿੰਦੇ ਕਿ ਤਾਰਾਂ ਤੂਰਾਂ ਕੱਟ ਕੇ ਲੈ ਗਏ ਆ, ਤਾਰ ਠੀਕ ਕਰਾਂਗੇ, ਹੋਇਆ ਨਹੀਂ ਅਜੇ ਵੀ ਠੀਕ। ਅਤੇ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ, ਕਿਵੇਂ ਦੇਖਦੇ ਹੋ? ਇਹ ਤਾਂ ਬਹੁਤ ਹਲਕੇ ਚੋਰ ਆ, ਜਿਹੜੇ ਤਾਰਾਂ ਹੀ ਦੇਖੋ ਲੈ ਗਏ ਕਿਹੜੇ ਕੋਈ। ਹਾਂਜੀ ਸਰ, ਕਿਵੇਂ ਦੇਖਦੇ ਹੋ ਜੀ ਚੋਰੀ ਦੀ ਵਾਰਦਾਤ ਨੂੰ ਜੀ? ਚੋਰੀ ਦੀ ਵਾਰਦਾਤ ਦੇਖਣਾ ਕੀ ਹੈ ਸਰ, ਵੀ ਅਸੀਂ ਤਾਂ ਦੱਸ ਚੁੱਕੇ ਮੈਂ ਅਫਸਰਾਂ ਨੂੰ, ਬੰਦੇ ਵੀ ਫੜੇ ਵੀ ਫੜਾਈਆਂ ਪਏ, ਉਹ ਕਾਰਵਾਈ ਕੋਈ ਨਹੀਂ ਕਰ ਰਿਹਾ। ਸਿਗਾ ਦੋਸਤੋ, ਮੈਂ ਹਾਂ ਨਵਨੀਤ ਸਿੰਘ ਚੀਮਾ, ਤੁਸੀਂ ਵੇਖ ਰਹੇ ਹੋ GBC ਅਪਡੇਟ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur. ਹੁਸ਼ਿਆਰਪੁਰ ਦੇ ਕਣਕ ਮੰਡੀ ਚੌਂਕ ਵਿੱਚ ਪਹੁੰਚੀ ਹੈ ਟੀਮ GBC ਅਪਡੇਟ ਦੀ, ਅਤੇ ਉੱਥੇ ਦੇ ਤਾਜ਼ਾ ਜੋ ਹਾਲਾਤ ਨੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਚੋਰਾਂ ਵੱਲੋਂ ਨਿੱਤ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਤੇ ਇਸ ਵਕਤ ਦੀਆਂ ਜੋ ਤਸਵੀਰਾਂ ਨੇ ਉਹ ਟੈਲੀਫੋਨ ਦੀਆਂ ਤਾਰਾਂ ਜੋ ਚੋਰਾਂ ਵੱਲੋਂ ਚੋਰੀ ਕਰ ਲਈਆਂ ਗਈਆਂ ਨੇ, ਅਤੇ ਇਸ ਦੇ ਦ੍ਰਿਸ਼ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਅਤੇ ਅਸੀਂ ਸਮੂਹ ਨਗਰ ਨਿਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਲੈਂਡਲਾਈਨ ਕਨੈਕਸ਼ਨ ਵੀ ਬੰਦ ਹੋ ਚੁੱਕੇ ਨੇ, ਅਤੇ ਉਹਨਾਂ ਵੱਲੋਂ ਇਹੀ ਦਾਵਾ ਕੀਤਾ ਜਾ ਰਿਹਾ ਕਿ ਇਸ ਦੇ ਜੋ ਬਿੱਲ ਹੈ ਉਹਨਾਂ ਨੂੰ ਭਰਨਾ ਪੈ ਰਿਹਾ। ਅਤੇ ਸਾਡੇ ਨਾਲ ਮੌਜੂਦਾ ਅਧਿਕਾਰੀ ਮੌਜੂਦ ਨੇ ਜੋ ਇੱਥੇ ਲਾਈਨਮੈਨ ਨੇ ਇਹਨਾਂ ਦੇ ਟੈਲੀਫੋਨ ਵਿਭਾਗ ਦੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਸਰ, ਇਹ ਕਦੋਂ ਹੋਈ ਵਾਰਦਾਤ ਜੀ? ਇਹ ਜਦੋਂ ਸਾਡੇ ਕੋਲ ਕੰਪਲੇਂਟ ਆਈਆਂ ਜੀ, ਅਸੀਂ ਉਸ ਵੇਲੇ ਦੇਖਣ ਆਏ ਤਾਂ ਉੱਥੇ ਤਾਰਾਂ ਕੱਟੀਆਂ ਹੋਈਆਂ ਸੀ। ਕਦੋਂ ਕੰਪਲੇਂਟ ਆਈ ਤੁਹਾਨੂੰ? 22 ਤਰੀਕ ਨੂੰ ਸਰ। ਸਰ 22 ਤਰੀਕ ਨੂੰ ਕੰਪਲੇਂਟ ਆਈ ਤੁਹਾਨੂੰ, ਤਾਰਾਂ ਚੋਰੀ ਹੋ ਗਈਆਂ ਨੇ, ਕਨੈਕਸ਼ਨ ਟੈਲੀਫੋਨ ਬੰਦ ਨੇ, ਅਤੇ ਅੱਜ ਘੱਟੋ ਘੱਟ ਵੀ ਹਫ਼ਤੇ ਤੋਂ ਉੱਪਰ ਹੋ ਗਿਆ ਜੀ, ਤੁਸੀਂ ਅੱਜ ਲਾਈਨ ਦੇ ਵਿੱਚ ਆਏ ਹੋ ਜੀ? ਸਰ ਇੱਦਾਂ ਅਸੀਂ ਆਪਣੇ ਅਫਸਰਾਂ ਨੂੰ ਦੱਸਤਾ ਸੀ, ਹੁਣ ਜਿੱਦਾਂ ਜਿੱਦਾਂ ਤਾਰਾਂ ਅਵੇਲੇਬਲ ਹੋ ਰਹੀਆਂ ਸਰ ਅਸੀਂ ਕੰਮ ਕਰ ਰਹੇ ਹਾਂ ਸਰ। ਅਤੇ ਕਿੰਨਾ ਚਿਰ ਕੰਮ ਕੰਪਲੀਟ ਕਰ ਦਿੱਤਾ ਜਾਏਗਾ, ਟਾਈਮ ਕਿੰਨਾ ਕੁ ਪੀਰੀਅਡ ਲੱਗੇ? ਲੱਗੇ ਪਿਆ, ਕੰਟੀਨਿਊ ਕਰਦੇ ਪਏ ਹਾਂ, ਜਲਦੀ ਜਲਦੀ ਕਰਨ ਦੀ ਕੋਸ਼ਿਸ਼ ਕਰਾਂਗੇ ਸਰ। ਅਤੇ ਇੱਕ ਤੁਹਾਡੇ ਉਪਭੋਗਤਾ ਵੱਲੋਂ ਕਿਹਾ ਜਾ ਰਿਹਾ ਕਿ ਅਗਰ ਉਹਨੇ ਕੰਪਲੇਂਟ ਕੀਤੀ ਹੈ ਤਾਂ ਉਹਨੂੰ ਸਿਰਫ ਇਹੀ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਜਿਹੜੇ ਨੈੱਟ ਨੇ ਉਹੀ ਲਗਵਾਏ ਜਾਣ, ਫਾਈਬਰ ਨੈੱਟ ਚੱਲੇਗਾ, ਅਤੇ ਉਹਨੂੰ ਹੀ ਤੁਸੀਂ ਅਫਸਰਾਂ ਨਾਲ ਮੇਰੇ ਨਾਲ ਕੋਈ ਇਹਦੇ ਬਾਰੇ ਗੱਲ ਨਹੀਂ ਹੋਈ ਸਰ, ਇਹ ਮੈਨੂੰ ਨਹੀਂ ਪਤਾ ਜੀ ਕਿਹਨੇ ਕਿਹਾ ਕਿਹਨੇ ਨਹੀਂ ਸਰ। ਹਾਂਜੀ ਸਰ, ਕਿਵੇਂ ਦੇਖਦੇ ਹੋ ਜੀ ਚੋਰੀ ਦੀ ਵਾਰਦਾਤ ਨੂੰ ਜੀ? ਚੋਰੀ ਦੀ ਵਾਰਦਾਤ ਦੇਖਣਾ ਕੀ ਹੈ ਸਰ, ਵੀ ਅਸੀਂ ਤਾਂ ਦੱਸ ਚੁੱਕੇ ਮੈਂ ਅਫਸਰਾਂ ਨੂੰ, ਬੰਦੇ ਵੀ ਫੜੇ ਵੀ ਫੜਾਈਆਂ ਪਏ, ਉਹ ਕਾਰਵਾਈ ਕੋਈ ਨਹੀਂ ਕਰ ਰਿਹਾ। ਹੁਣ ਬਹਾਦਰਪੁਰ ਵੀ ਸਾਡੀ ਚੋਰੀ ਹੋਈ ਹੈ, ਉਹ ਵੀ ਅਸੀਂ ਫੜੇ ਦਿੱਤੀਆਂ ਮਹਿਕਮੇ ਨੂੰ, ਅਫਸਰਾਂ ਨੂੰ ਦਿੱਤੀਆਂ ਹੈਗੀਆਂ, ਹੁਣ ਇਹ ਤਾਂ ਅਫਸਰ ਜਾਣਦੇ ਵੀ ਕੀ ਕਾਰਵਾਈ ਉਹ ਕਰ ਰਿਹਾ ਕਿ ਨਹੀਂ ਕਰ ਰਿਹਾ। ਅਸੀਂ ਤਾਂ ਫੀਲਡ 'ਚ ਕੰਮ ਕਰਨਾ, ਅਸੀਂ ਤਾਂ ਸਮਾਨ ਇੱਧਰੋਂ ਉੱਧਰੋਂ ਲਾ ਕੇ ਮਤਲਬ ਹੁਣ ਚਲਾਉਣ ਲੱਗੇ ਹਾਂ, ਠੀਕ ਹੈ ਜੀ। ਇਹ ਤਾਂ ਹੁਣ ਅਫਸਰਾਂ ਨੂੰ ਚਾਹੀਦਾ ਕਾਰਵਾਈ ਕਰਨੀ ਕਰਾਉਣੀ ਚਾਹੀਦੀ ਉਹਨਾਂ ਨੂੰ। ਤਾਂ ਹੁਸ਼ਿਆਰਪੁਰ 'ਚ ਹੋਰ ਵੀ ਜਗ੍ਹਾ ਕਿਤੇ ਚੋਰੀ ਹੋਈ? ਹਾਂਜੀ ਸਰ, ਬਹੁਤ ਹੋਈਆਂ, ਬਹਾਦਰਪੁਰ ਵੀ ਹੋਈ ਆ, ਜਗਤਪੁਰੇ ਵੀ ਹੋਈ ਆ, ਪ੍ਰੇਮਗੜ੍ਹ ਵੀ ਹੋਈ ਆ, ਮਰਵਾਹਾਂ ਵੱਲੇ ਹੋਈ ਆ, ਬਹਾਦਰਪੁਰ ਆਪਣੇ ਗੜੀ ਗੇਟ ਹੋਈ ਆ। ਤਾਂ ਕੋਈ CCTV ਫੁਟੇਜ ਨਹੀਂ ਆਈ? ਫੁਟੇਜ ਆਈ ਹੈ, ਮਹਿਕਮੇ ਨੂੰ ਦਿੱਤੀਆਂ ਹੈਗੀਆਂ, ਪਤਾ ਨਹੀਂ ਕੀ ਕਰ ਰਿਹਾ ਜੀ ਅਫਸਰ। ਹੁਣ ਦੇਖੋ ਕਿ ਅਫਸਰਾਂ ਦੀ ਕਾਰਵਾਈ, ਉਹ ਤਾਂ ਅਫਸਰਾਂ ਦੀ ਹੈ ਨਾ, ਅਸੀਂ ਤਾਂ ਫੀਲਡ 'ਚ ਕੰਮ ਕਰਨਾ, ਜਿੱਧਰ ਉਹਦੀ ਮਰਜ਼ੀ ਕਰੀ ਆਈ ਹੈ। ਸੋ ਜੋ ਤਾਰਾਂ ਚੋਰੀ ਹੋਈਆਂ ਨੇ ਟੈਲੀਫੋਨ ਵਿਭਾਗ ਦੀਆਂ, ਅਤੇ ਲੋਕਾਂ ਨੂੰ ਵੀ ਜਿੱਥੇ ਪਰੇਸ਼ਾਨੀ ਆ ਰਹੀ ਹੈ ਫੋਨ ਕਰਨ ਸੰਬੰਧੀ, ਅਤੇ ਉਹਨਾਂ ਨੂੰ ਬਿੱਲ ਵੀ ਲਗਾਤਾਰ ਹੀ ਆ ਰਹੇ ਨੇ, ਅਤੇ ਜੇ ਗੱਲ ਕਰੀਏ ਕੈਮਰਿਆਂ ਦੀ, ਪ੍ਰਸ਼ਾਸਨ ਵੱਲੋਂ, ਵਿਭਾਗ ਵੱਲੋਂ ਜੋ ਕੈਮਰੇ ਲਗਾਏ ਗਏ ਨੇ ਇਸ ਕਣਕ ਮੰਡੀ ਚੌਂਕ ਦੇ ਵਿੱਚ ਵੀ, ਤੁਸੀਂ ਤਾਜ਼ਾ ਤਸਵੀਰਾਂ ਦੇਖ ਰਹੇ ਹੋ, ਕੈਮਰੇ ਜੋ ਲੱਗੇ ਨੇ, ਪਰ ਇਹ ਜੋ ਕੈਮਰੇ ਨੇ ਇਹ ਕੋਈ ਵੀ ਵਰਕਿੰਗ ਨਹੀਂ ਕਰ ਰਹੇ, ਇਹ ਸਿਰਫ ਇੱਕ ਆਮ ਲੋਕਾਂ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਸਿਰਫ ਇੱਕ ਦਿਖਾਉਣ ਵਾਸਤੇ ਕੈਮਰੇ ਲਗਾਏ ਗਏ ਨੇ, ਜਾਂ ਸਿਰਫ ਇੱਕ ਚੋਰਾਂ ਨੂੰ ਭੁਲੇਖਾ ਪਾਉਣ ਵਾਸਤੇ ਕੈਮਰੇ ਲਗਾਏ ਗਏ ਨੇ ਕਿ ਚੋਰ ਇਹ ਕੈਮਰੇ ਦੇਖ ਕੇ ਚੋਰੀ ਕਰਨ ਤੋਂ ਗੁਰੇਜ਼ ਕਰਨ, ਪਰ ਇਹ ਕਿੰਨਾ ਚਿਰ ਇਹ ਜਿਹੜਾ ਝੂਠ ਦਾ ਪਲੰਦਾ ਕਿੰਨਾ ਚਿਰ ਇਹ ਚੱਲੇਗਾ, ਅਤੇ ਜਲਦ ਤੋਂ ਜਲਦ ਕੈਮਰੇ ਨੇ ਜੋ ਸ਼ਹਿਰ ਦੇ ਵਿੱਚ ਲੱਗੇ ਹੋਏ ਉਹਨਾਂ ਨੂੰ ਚਲਾਇਆ ਜਾਵੇ,
ਸਰ ਕੀ ਨਾਮ ਹੈ ਜੀ? ਨਿਤਿਨ ਜੀ। ਸਰ ਤਾਰਾਂ ਵੀ ਚੋਰੀ ਹੋਈਆਂ ਟੈਲੀਫੋਨ ਵਿਭਾਗ ਦੀਆਂ, ਅਤੇ ਕਿਵੇਂ ਦੇਖਦੇ ਹੋ ਜੀ? ਸਾਡਾ ਵੀ ਇੱਕ ਮਹੀਨਾ ਹੋ ਗਿਆ ਫੋਨ ਡੈਡ ਪਿਆ, ਇਹਨਾਂ ਨੂੰ ਕੀਤਾ ਜੀ ਫੋਨ, ਇਹ ਕਹਿੰਦੇ ਕਿ ਤਾਰਾਂ ਤੂਰਾਂ ਕੱਟ ਕੇ ਲੈ ਗਏ ਆ, ਤਾਰ ਠੀਕ ਕਰਾਂਗੇ, ਹੋਇਆ ਨਹੀਂ ਅਜੇ ਵੀ ਠੀਕ। ਫਿਰ ਉਹ ਕੀਤਾ, ਉਹ ਕਹਿੰਦੇ ਹੁਣ ਇਹ ਲੈਂਡਲਾਈਨ ਖਤਮ ਹੀ ਹੋਏ ਨੇ, ਹੁਣ ਫਾਈਬਰ ਵਾਲੇ ਚਾਲੂ ਕਰਦੇ ਨੇ, ਉਹ ਲਗਵਾਓ ਕਨੈਕਸ਼ਨ। ਠੀਕ ਹੈ, ਇੱਦਾਂ ਹੋਈ ਹੈ ਜੀ। ਪਰ ਜਿਹੜਾ ਲੈਂਡਲਾਈਨ ਤੁਹਾਡਾ ਇੱਕ ਮਹੀਨਾ ਬੰਦ ਹੋ ਗਿਆ, ਉਹਦਾ ਬਿੱਲ ਕੌਣ ਪੇ ਕਰੇਗਾ ਫਿਰ? ਬਿੱਲ ਹੁਣ ਸਾਨੂੰ ਹੀ ਭਰਨਾ ਪੈਣਾ ਜੀ। ਕੀ ਕੀਤਾ ਜੀ? ਫੋਨ ਤਾਂ ਤੁਹਾਡਾ ਯੂਜ਼ ਹੀ ਨਹੀਂ ਹੋਇਆ ਜੀ। ਕਈ ਤਾਂ ਜਾਂਦੇ ਰੋਜ਼ ਹੀ ਕੰਪਲੇਂਟ ਲਿਖਾ ਰਹੇ ਆ, ਕਿੰਨੀ ਵਾਰੀ। ਕਿਹਨੂੰ ਦੋਸ਼ੀ ਠਹਿਰਾਉਂਦੇ ਇਹਦੇ ਵਿੱਚ? ਹੁਣ ਇਹ ਚੋਰਾਂ ਨੂੰ ਦੋਸ਼ੀ ਹੈ ਜੀ, ਜਿਹੜੇ ਚੋਰੀ ਕਰਕੇ ਲੈ ਗਏ ਤਾਰਾਂ ਇਹਨਾਂ ਦੀਆਂ। ਅਤੇ ਚੋਰੀ ਦੀਆਂ ਵਾਰਦਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ, ਕਿਵੇਂ ਦੇਖਦੇ ਹੋ? ਇਹ ਤਾਂ ਬਹੁਤ ਹਲਕੇ ਚੋਰ ਆ ਜਿਹੜੇ ਤਾਰਾਂ ਹੀ ਦੇਖੋ ਲੈ ਗਏ। ਸੋ ਇਸ ਵਕਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਆ ਕਿ ਇਸ ਸੰਬੰਧੀ ਕੋਈ ਪੁਖਤਾ ਧਿਆਨ ਦਿੱਤਾ ਜਾਵੇ, ਅਤੇ ਜੋ ਇਹ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਨੂੰ ਬਰੀਕੀ ਦੇ ਨਾਲ ਜਾਂਚ ਪੜਤਾਲ ਕਰਕੇ ਚੋਰਾਂ ਨੂੰ ਫੜਿਆ ਜਾਵੇ। ਅਤੇ ਸਿਰਫ ਉਹਨਾਂ ਵੱਲੋਂ ਇਹੀ ਕਹਿਣਾ ਕਿ ਅਸੀਂ ਵੱਧ ਤੋਂ ਵੱਧ ਅਸੀਂ ਜੋ ਕੰਪਲੇਂਟਸ ਆ ਰਹੀਆਂ ਨੇ ਉਹਨਾਂ ਨੂੰ ਹੱਲ ਕਰਨ ਦੀ ਜਲਦ ਤੋਂ ਜਲਦ ਇਸ ਦਾ ਵਚਨਬੱਧ ਆ, ਅਤੇ ਉਹ ਜਲਦ ਤੋਂ ਜਲਦ ਉਹਦਾ ਹੱਲ ਕਰਾਂਗੇ। ਜੀ ਬੀ ਸੀ ਅਪਡੇਟ ਲਈ ਕੈਮਰਾਮੈਨ ਪਵਨ ਦੇ ਨਾਲ ਮੈਂ ਨਵਨੀਤ ਸਿੰਘ ਚੀਮਾ। ਇਜਾਜ਼ਤ ਦਿਓ ਸਾਨੂੰ, ਲਗਾਤਾਰ ਦੇਖਦੇ ਰਹੋ GBC ਅਪਡੇਟ। ਧੰਨਵਾਦ ਦੋਸਤੋ। ਆਪਕਾ ਸਕਾਈਸੀ ਆਇਲ, ਇਹ ਆਇਲ ਪੂਰਾ 100% ਨੈਚੁਰਲ ਇੰਗਰੀਡੀਐਂਟ ਸੇ ਬਣਾ ਹੁਆ ਹੈ, ਇਸਕੇ ਅੰਦਰ ਟੋਟਲ ਨੈਚੁਰਲ ਹਰਬਸ ਪੜੇ ਹੋਏ ਹੈ, ਕੋਈ ਕੈਮੀਕਲ ਨਹੀਂ ਹੈ ਇਸਮੇ। ਜ਼ਰੂਰ ਇਸਕੋ ਇੱਕ ਵਾਰ ਆਪ ਯੂਜ਼ ਕਰੇਂ, ਆਪਕੇ ਮਨ ਕੋ ਸ਼ਾਂਤੀ ਹੋਗੀ ਕਿ ਆਜ ਤੱਕ ਐਸਾ ਪ੍ਰੋਡਕਟ ਹਮ ਲੋਗੋਂ ਨੇ ਨਹੀਂ ਦੇਖਾ। ਸਕਾਈਸੀ ਆਇਲ।